ਮੈਂ ਨਾ ਹੈਕਰਾਂ ਨੇ ਮੇਰੇ ਮਤਲਬ ਜਿਹੜਾ ਖਾਤੇ 'ਚ ਪੈਸੇ ਸੀਗੇ 6,42,000 ਰੁਪਈਆ ਉਹ ਮੇਰੇ ਖਾਤੇ 'ਚੋਂ ਕੱਢ ਕੇ ਲੈ ਗਏ ਅਤੇ ਮੈਂ ਇੰਨੀ ਗਰੀਬ ਹਾਂ ਆਪਣੇ ਸਰੀਰ ਪੱਖੋਂ ਮੈਨੂੰ ਨਾਲ ਤਾਂ ਹਾਰਟ ਦੀ ਬਿਮਾਰੀ ਹੈ ਨਾਲੇ ਮੇਰੇ ਰੀੜ੍ਹ ਦੀ ਹੱਡੀ 'ਚ ਤਕਲੀਫ ਹੈ ਮੈਂ ਤਿਲ ਤਿਲ ਦਾ ਲੇਖਾ ਦੇ ਕੇ ਇਕੱਠਾ ਕੀਤਾ ਦੀ ਪੈਸਾ ਅੱਜ ਮੇਰੇ ਹੱਥ 'ਚੋਂ ਕੁਛ ਵੀ ਨਹੀਂ ਰਿਹਾ ਸਾਰਾ ਕੁਛ ਆਕ ਲੈ ਗਏ ਹੁਣ ਦੱਸੋ ਮੈਂ ਕੀ ਕਰਾਂ ਮੇਰਾ ਇਨਸਾਫ ਚਾਹੀਦਾ ਮੈਨੂੰ ਮੇਰਾ ਵਾਪਸ ਮਿਲਣਾ ਚਾਹੀਦਾ ਭੁੱਬਾ ਮਾਰ ਮਾਰ ਕੇ ਰੋ ਰਹੀ ਇਹ ਮਹਿਲਾ ਉਹ ਹੈ ਜਿਸ ਦੇ ਖਾਤੇ ਦੇ ਵਿੱਚੋਂ ਲੱਖਾਂ ਰੁਪਏ ਗਾਇਬ ਕੀਤੇ ਗਏ ਹੈਕਰਾਂ ਦੇ ਵੱਲੋਂ ਇਸ ਮਹਿਲਾ ਦੇ ਨਾਲ 6,42,000 ਦੀ ਠੱਗੀ ਮਾਰੀ ਗਈ ਹੈ ਮਾਮਲਾ ਭਵਾਨੀਗੜ੍ਹ ਦੇ ਪਿੰਡ ਬਲਦ ਕਲਾਂ ਦਾ ਹੈ ਖਾਤੇ ਦੇ ਵਿੱਚੋਂ ਵੱਖ ਵੱਖ ਟ੍ਰਾਂਜੈਕਸ਼ਨਾਂ ਰਾਹੀਂ 1,42,000 ਰੁਪਏ ਦੀ ਰਾਸ਼ੀ ਹੋਰ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤੀ ਗਈ ਪਰ ਜਦੋਂ ਇਸ ਗੱਲ ਦਾ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਬੈਂਕ ਦੀ ਇੱਕ ਮਹਿਲਾ ਅਧਿਕਾਰੀ ਨੂੰ ਫੋਨ ਕਰਕੇ ਸਾਰੀ ਗੱਲਬਾਤ ਦੱਸੀ ਅਤੇ ਖਾਤੇ ਨੂੰ ਫਰੀਜ਼ ਕਰਵਾਉਣ ਦੀ ਬੇਨਤੀ ਕੀਤੀ ਅਧਿਕਾਰੀ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਖਾਤੇ ਨੂੰ ਫਰੀਜ਼ ਕਰਨ ਦੀ ਥਾਂ ਬਚੀ ਰਾਸ਼ੀ ਦੀ FD ਕਰਵਾਈ ਜਾਵੇ ਜਿਸ ਨਾਲ ਤੁਹਾਡੀ ਰਾਸ਼ੀ ਸੁਰੱਖਿਅਤ ਰਹੇਗੀ ਉਹਨਾਂ ਦੱਸਿਆ ਕਿ ਅਗਲੇ ਦਿਨ ਉਹ ਬੈਂਕ ਦੀ ਇੱਕ ਬ੍ਰਾਂਚ ਗਏ ਜਿੱਥੇ ਅਧਿਕਾਰੀਆਂ ਨੂੰ ਆਪਣਾ ਖਾਤਾ ਫਰੀਜ਼ ਕਰਨ ਦੀ ਬੇਨਤੀ ਕੀਤੀ ਪਰ ਬੈਂਕ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਕਿਹਾ ਕਿ ਤੁਹਾਡੇ ਖਾਤੇ ਦੇ ਵਿੱਚ ਬਕਾਇਆ ਪਈ 7,00,000 ਰੁਪਏ ਦੀ FD ਕਰ ਦਿੱਤੀ ਹੈ ਹੁਣ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਪਰ ਲੰਘੀ 1 ਅਗਸਤ ਦੀ ਰਾਤ ਨੂੰ ਉਸ ਸਮੇਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਜਦੋਂ ਰਾਤ ਦੇ ਕਰੀਬ 8 ਵਜੇ ਉਹਨਾਂ ਦੇ ਫੋਨ 'ਤੇ ਇੱਕ ਸੰਦੇਸ਼ ਆਇਆ ਕਿ ਉਹਨਾਂ ਦੀ ਮਾਤਾ ਦੇ ਖਾਤੇ ਦੇ ਵਿੱਚੋਂ ਕਿਸੇ ਨੇ FD ਨੂੰ ਤੋੜ ਕੇ 5,00,000 ਰੁਪਏ ਦੀ ਰਾਸ਼ੀ ਮਹਾਰਾਸ਼ਟਰ ਦੀ ਕਿਸੇ ਬੈਂਕ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੀ ਗਈ ਜਿਸ ਨਾਲ ਪਤਾ ਲੱਗਿਆ ਕਿ ਉਹਨਾਂ ਦੇ ਨਾਲ ਮੁੜ ਤੋਂ ਠੱਗੀ ਹੋਈ ਹੈ ਫਿਲਹਾਲ ਪੁਲਿਸ ਦੇ ਕੋਲ ਮਾਮਲਾ ਪਹੁੰਚ ਗਿਆ ਇਸ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਹਾਂਜੀ ਆਂਟੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਰਮਜੀਤ ਕੌਰ ਹੈ ਬੇਟੇ ਆਂਟੀ ਕੀ ਠੱਗੀ ਹੋਈ ਹੈ ਤੁਹਾਡੇ ਨਾਲ ਮੇਰੇ ਨਾਲ ਬੇਟੇ 6,42,000 ਰੁਪਈਆ ਮਤਲਬ ਇਹ ਮੈਨੂੰ ਤਾਂ ਇਹ ਸ਼ੱਕ ਹੈ ਵੀ ਅਸੀਂ ਇੰਸ਼ੋਰੈਂਸ ਕਰਾਇਆ ਸੀ ਵੀ ਉਹਦੇ ਨਾਲ ਕੁਛ ਹੋ ਗਿਆ ਪਰ ਹੁਣ ਮੈਨੂੰ ਸਮਝ ਨਹੀਂ ਆਉਂਦਾ ਵੀ ਇਹ ਠੱਗਾਂ ਨਾਲ ਕਰਿਆ ਕੀ ਹੋਇਆ ਮੈਨੂੰ ਸਮਝ ਨਹੀਂ ਆਈ ਬੇਟੇ ਵੀ ਇਹ ਸਾਰੀ ਮੇਰੀ ਮਿਹਨਤ ਕਰੀ ਕਰਾਈ ਮੇਰੇ ਕੋਲ ਇੰਨੇ ਹੀ ਜੋੜਿਆ ਹੋਇਆ ਸੀ ਵੀ ਚੱਲ ਕਬੀਲਦਾਰੀ ਹੈ ਮੇਰੀ ਬੇਟੀ ਵੀ ਨੌਜਵਾਨ ਹੈ ਕਿ ਪੈਸੇ ਦੀ ਲੋੜ ਹੁੰਦੀ ਹੈ ਇਹ ਸਾਰਾ ਉੱਡ ਗਿਆ ਠੀਕ ਹੈ ਫੈਮਿਲੀ 'ਚ ਕੌਣ ਕੌਣ ਹੈ ਟੁੱਟੀ ਅਸੀਂ ਦੋਨੇ ਮਾਮਾ ਧੀਆਂ ਬੇਟੇ ਸੋ ਕਮਾਉਣ ਵਾਲੇ ਤੁਸੀਂ ਕੀ ਕੰਮ ਕਰਦੇ ਹੋ ਮੈਂ ਆਂਗਨਵਾੜੀ 'ਚ ਵਰਕਰ ਹਾਂ ਬੇਟੇ ਠੀਕ ਹੈ ਸੋ ਬੜੀ ਮਿਹਨਤ ਨਾਲ ਪੈਸੇ ਜੋੜੇ ਹੋਣ ਹਾਂਜੀ ਹਾਂ ਕਿਹੜਾ ਜੁੜਦਾ ਬੇਟੇ ਉਹ ਤਾਂ ਪੁਰਾਣੇ ਜ਼ਮਾਨਿਆਂ ਦੇ ਜੁੜੇ ਹੋਏ ਤੇ ਪਹਿਲਾਂ ਦੇ ਸੋ ਇਸ ਸੰਬੰਧੀ ਤੁਸੀਂ ਕੰਪਲੇਂਟ ਵਗੈਰਾ ਦਰਜ ਕਰਾਈ ਹੈ ਹਾਂਜੀ ਹਾਂ ਠੀਕ ਹੈ ਸੋ ਕੀ ਕਹਿੰਦੇ ਕਿ ਕਾਰਵਾਈ ਆਰੰਭ ਵਿੱਚ ਲੈਂਦੇ ਹਾਂਜੀ ਹਾਂ ਉਹਨਾਂ ਨੇ ਆਪਣੇ SSP ਸਾਹਿਬ ਨੇ ਪਹਿਲਾਂ ਐਪਲੀਕੇਸ਼ਨ ਆਪਾਂ ਉਹਨਾਂ ਨੂੰ ਦਿੱਤੀ ਸੀਗੀ ਫਿਰ ਉਹਨਾਂ ਨੇ ਪਿੱਛੇ ਆ ਕੇ ਉਹਨਾਂ ਨੂੰ ਸਾਈਬਰ ਸੈੱਲ ਵਾਲਿਆਂ ਨੂੰ ਦਿੱਤੀ ਹੈ ਬੇਟੇ ਉੱਥੇ ਚੱਲ ਰਹੀ ਹੈ ਗੱਲਬਾਤ ਠੀਕ ਹੈ ਮੰਗ ਕਰਦੇ ਵੀ ਤੁਹਾਡੇ ਜਿਹੜੇ ਹਾਂਜੀ ਹਾਂ ਮੈਂ ਕਹਿੰਦੀ ਹਾਂ ਵੀ ਮੇਰੇ ਪੈਸੇ ਵਾਪਸ ਆਉਣੇ ਚਾਹੀਦੇ ਨੇ ਹਾਂਜੀ ਕੀ ਨਾਮ ਤੁਹਾਡਾ ਦੀਪਿੰਦਰ ਕੌਰ ਦੀਪਿੰਦਰ ਜੀ ਕੀ ਗੱਲਬਾਤ ਹੋਈ ਹੈ ਤੁਹਾਡੀ ਮੰਮੀ ਨਾਲ ਕਿਵੇਂ ਠੱਗੀ ਲੱਗੀ ਹੈ 31 ਜੁਲਾਈ ਨੂੰ ਮਤਲਬ ਕਾਲ ਆਈ ਸੀ ਲਾਈਫ ਇੰਸ਼ੋਰੈਂਸ ਵਾਲਿਆਂ ਦੀ ਅਤੇ ਉਹਨਾਂ ਦੀ ਕਾਲ ਮੈਂ ਚੱਕੀ ਸੀ ਅਤੇ ਉਹਨਾਂ ਨੇ ਇਹ ਕਿਹਾ ਸੀ ਤੁਹਾਡੀ ਮਤਲਬ ਪੇਮੈਂਟ ਡਿਊ ਹੈ ਕਿ ਉਹ ਪੇ ਕਰ ਦਿਉ ਅਤੇ ਅਸੀਂ ਕਿਹਾ ਨਹੀਂ ਕਰਵਾਉਣੀ ਹੈਗੀ ਫਿਰ ਆਟੋਮੈਟਿਕ ਪੇਮੈਂਟ ਕੱਟੇਗੀ 40,901 ਰੁਪਇਆ ਅਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਇਹੀ ਪੁੱਛਿਆ ਸੀ ਉਸ ਤੋਂ ਬਾਅਦ ਫਿਰ ਫੋਨ ਆਇਆ ਸੀ ਅਤੇ ਇਹੀ ਕਿਹਾ ਸੀ
ਕਿ ਤੁਹਾਡੀ ਅਸੀਂ ਕਿਹਾ ਨਹੀਂ ਕਰਵਾਉਣੀ ਸੀ ਤੁਸੀਂ ਪੇਮੈਂਟ ਕਿਉਂ ਕੱਟੀ ਹੈਗੀ ਆ, ਅਤੇ ਫਿਰ ਅਸੀਂ ਕਿਹਾ ਰਿਫੰਡ ਕਰਵਾਉਣਾ, ਅਤੇ ਫਿਰ ਉਹ ਕਹਿੰਦੇ ਆਪਦਾ ਕਾਰਡ ਨੰਬਰ ਦੇ ਦਿਉ ਅਤੇ ਰਿਫੰਡ ਹੋ ਜੂਗੀ। ਮੈਂ ਕਾਰਡ ਨੰਬਰ ਦਿੱਤਾ ਸੀ ਉੱਪਰ ਵਾਲਾ, ਅਤੇ ਉਹ ਆਪਣੇ ਆਪ ਫਿਰ ਉਸ ਤੋਂ ਬਾਅਦ ਪੈਸੇ ਕੱਟੇ ਗਏ। ਪਹਿਲਾਂ ਕੱਟਿਆ 82,000, ਫਿਰ ਉਸ ਤੋਂ ਬਾਅਦ 10,000 ਕੱਟਿਆ, ਫਿਰ 50,000 ਕੱਟਿਆ ਗਿਆ। ਕੁੱਲ ਕਿੰਨਾ ਆਪਾਂ ਕਹਿ ਦਈਏ ਨੁਕਸਾਨ? 31 ਜੁਲਾਈ ਨੂੰ 1,42,000 ਕੱਟਿਆ ਗਿਆ। ਫਿਰ ਉਸ ਤੋਂ ਬਾਅਦ ਉਹਦੀ ਮੈਨੇ ਬੈਂਕ ਵਾਲੇ ਨੂੰ ਮੈਮ ਨੂੰ ਫੋਨ ਕਰਿਆ, ਅਤੇ ਉਹ ਕਹਿੰਦੇ ਉਹ ਮਤਲਬ ਐਫ ਡੀ ਕਰ ਦਿਉ। ਮੈਨੇ ਉਹ ਨੈੱਟ ਬੈਂਕਿੰਗ ਅਸੀਂ ਯੂਜ਼ ਕਰਦੇ ਹਾਂ ਫੋਨ 'ਤੇ, ਅਤੇ ਅਸੀਂ ਐਫ ਡੀ ਕਰੀ 1,07,00,000 ਦੀ, 1,10,000 ਦੀ। ਅਤੇ ਫਿਰ ਅਗਲੇ ਦਿਨ ਅਸੀਂ 1 ਅਗਸਤ ਨੂੰ ਅਸੀਂ ਬੈਂਕ 'ਚ ਗਏ ਸੀ। ਬੈਂਕ 'ਚ ਗਏ ਅਤੇ ਉਹਨਾਂ ਨੇ ਕਿਹਾ ਤੁਹਾਡੀ ਐਫ ਡੀ ਸੇਫ ਹੈ, ਨਹੀਂ ਹੁਣ ਜਾਂਦੇ ਹੈਗੇ ਪੈਸੇ। ਅਤੇ ਫਿਰ ਅਸੀਂ ਸੰਗਰੂਰ ਵੀ ਐਪਲੀਕੇਸ਼ਨ ਦੇ ਕੇ ਆਏ ਹਾਂ ਐਸ ਐਸ ਪੀ ਸਾਹਿਬ ਨੂੰ, ਅਤੇ ਫਿਰ ਰਾਤ ਨੂੰ ਉਸੇ 1 ਅਗਸਤ ਨੂੰ ਰਾਤ ਨੂੰ ਫਿਰ ਐਫ ਡੀ ਟੁੱਟ ਗਈ 8:15 'ਤੇ। ਤੁਸੀਂ ਪ੍ਰਸ਼ਾਸਨਿਕ ਕਾਰਵਾਈ ਦੀ? ਹਾਂਜੀ ਹਾਂ, ਅਸੀਂ ਸੰਗਰੂਰ ਗਏ ਸੀ, ਐਪਲੀਕੇਸ਼ਨ ਦਿੱਤੀ ਸੀ, ਐਸ ਐਸ ਸੀ ਸਾਹਿਬ ਨਾਲ ਮਿਲੇ ਸੀ, ਅਤੇ ਉਹ ਕਹਿੰਦੇ ਸਾਈਬਰ ਕ੍ਰਾਈਮ ਨੂੰ ਉਹਨਾਂ ਨੇ ਫੋਨ ਕਰਤਾ ਸੀ, ਹੁਣੇ ਕੰਪਲੇਂਟ ਕੀਤੀ। ਕੋਈ ਹਾਲੇ ਤੱਕ ਕਾਰਵਾਈ ਹੋਈ ਹੈ ਇਸ ਚੀਜ਼ 'ਤੇ? ਨਹੀਂ, ਹਾਲੇ ਤੱਕ ਤਾਂ ਨਹੀਂ ਹੋਈ। ਕੀ ਮੰਗ ਕਰਨੀ? ਕਿ ਸਾਰੇ ਪੈਸੇ ਜਿਹੜੇ ਸਾਰੇ ਵਾਪਸ ਮਿਲ ਜਾਣ।